ਕਹਿੰਦੇ ਸੋਹਣੀਆਂ ਸੋਹਣੀਆਂ ਕੁੜੀਆਂ ਅੱਜ ਹੋਰ ਵੀ ਸੋਹਣੀਆਂ ਬਣ ਕੇ ਆਈਆਂ ਨੇ, ਸੋਹਣੀਆਂ ਸੋਹਣੀਆਂ ਕੁੜੀਆਂ ਅੱਜ ਹੋਰ ਵੀ ਸੋਹਣੀਆਂ ਬਣ ਕੇ ਆਈਆਂ ਨੇ, ਇੰਝ ਲੱਗਦਾ ਪਰੀਆਂ ਆਸਮਾਨ ਦੀਆਂ ਅੱਜ ਧਰਤੀ 'ਤੇ ਉੱਤਰ ਆਈਆਂ ਨੇ, ਅੱਜ ਧਰਤੀ 'ਤੇ ਉੱਤਰ ਆਈਆਂ ਨੇ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਸ਼ਹਿਰ ਧੂਰੀ ਵਿਖੇ, ਜਿੱਥੇ ਅੱਜ ਕੰਪੀਟੀਸ਼ਨ ਹੈ ਜੀ। ਸੰਧੂ ਫਿਲਮਸ ਪੇਸ਼ ਕਰਦੇ ਨੇ ਮਿਸ ਐਂਡ ਮਿਸਿਸ ਪੰਜਾਬਣ 2019। ਇਹ ਮੁਕਾਬਲਾ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਹੋਵੇਗਾ। ਅੱਜ ਇਸ ਮੁਕਾਬਲੇ ਦਾ ਪਹਿਲਾ ਕੰਪੀਟੀਸ਼ਨ ਧੂਰੀ ਸ਼ਹਿਰ ਵਿਖੇ ਆ। ਇੱਥੇ ਦੇ ਜਿਹੜੇ ਵਿਨਰਸ ਹੋਣਗੇ ਉਹਨਾਂ ਨੂੰ ਸ਼ੋਰਟਲਿਸਟ ਕਰਕੇ ਅੱਗੇ ਲੈ ਕੇ ਜਾਊਗਾ ਅਤੇ ਬਾਕੀ ਸ਼ਹਿਰਾਂ ਵਿੱਚੋਂ ਵੀ ਕੈਂਡੀਡੇਟ ਸ਼ੋਰਟਲਿਸਟ ਕੀਤੇ ਜਾਣਗੇ। ਫਿਰ ਹੋਵੇਗਾ ਇਹਨਾਂ ਦਾ ਇੱਕ ਮਹਾ ਮੁਕਾਬਲਾ। ਅੰਦਰ ਫੰਕਸ਼ਨ ਤਿਆਰ ਆ, ਸਭ ਕੁਝ ਰੈਡੀ ਆ। ਦੇਖਦੇ ਹਾਂ ਕਿਹੋ ਜਿਹਾ ਅੰਦਰ ਕੰਪੀਟੀਸ਼ਨ ਆ, ਕੌਣ ਕੌਣ ਇਸ ਈਵੈਂਟ ਦੇ ਵਿੱਚ ਪਾਰਟੀਸਪੇਟ ਕਰ ਰਿਹਾ, ਉਹਨਾਂ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ ਕਰਾਂਗੇ, ਉਹਨਾਂ ਨਾਲ ਗੱਲਬਾਤ ਕਿ ਉਹ ਕਿੰਨੇ ਕੁ ਐਕਸਾਈਟਡ ਆ ਇਸ ਈਵੈਂਟ ਨੂੰ ਲੈ ਕੇ, ਇਸ ਕੰਪੀਟੀਸ਼ਨ ਨੂੰ ਲੈ ਕੇ। ਲੜਕੀਆਂ ਪਹੁੰਚਦੀਆਂ ਜੀ ਆਪਣੇ ਪਰਿਵਾਰਾਂ ਦੇ ਨਾਲ, ਆਪਾਂ ਚੱਲਦੇ ਅੰਦਰ, ਕਰਦੇ ਹਾਂ ਈਵੈਂਟ ਨੂੰ ਇੰਜੋਏ ਅਤੇ ਕਰਦੇ ਹਾਂ ਸਾਰਿਆਂ ਨਾਲ ਗੱਲਬਾਤ। ਆਜੋ ਚਲੀ ਹੈ। ਹੈਲੋ
थैंक यू मैम, बहुत बहुत शुक्रिया। सो लो जी, पहली पंजाबण मुटियार साहब जी पहुंच चुकी है। फर्स्ट राउंड आप स्टार्ट कर लगे हैं। मेरी अपनी जान पहचान जान पहचान। थैंक यू।
ਪੰਜਾਬ ਤੇ ਜੰਮੀ ਮੈਂ ਸ਼ਹਿਰ ਨਾਭੇ ਦੀ ਮੁਟਿਆਰ ਹਾਂ ਲਾਟਾ ਦੇ ਨਾਲ ਮਾਪਿਆ ਪਾੜੀ ਮੇਰਾ ਚੌਪਨ ਠਾਠਾ ਮਾਰਦਾ ਗਿੱਧਾ ਭੰਗੜਾ ਸ਼ੌਂਕ ਹੈ ਮੇਰਾ ਜੋ ਰੂਪ ਮੇਰਾ ਸ਼ਿੰਗਾਰ ਦਾ ਮਿਸ ਐਂਡ ਮਿਸਿਸ ਪੰਜਾਬਨ 2019 ਬਣਨਾ ਹੈਕਨ ਵਿੱਚ ਹੈ ਠਾਣੀ ਇੱਕ ਸ਼ੁਕਰਗੁਜ਼ਾਰ ਮੈਂ ਮਾਪਿਆ ਦੀ ਜਿਨ੍ਹਾਂ ਕਰਕੇ ਹਰ ਖੁਸ਼ੀ ਮੈਂ ਮਾਣੀ ਜਿਨ੍ਹਾਂ ਕਰਕੇ ਹਰ ਖੁਸ਼ੀ ਮੈਂ ਮਾਣੀ ਮਹਿਕ ਵੱਲੋਂ ਮਹਿਕਾ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਹਿਕ ਨਾਭੇ ਸ਼ਹਿਰ ਦੀ ਰਹਿਣ ਵਾਲੀ ਹਾਂ BSc ਨਰਸਿੰਗ ਕਰਦੀ ਹਾਂ ਸੰਗਰੂਰ ਤੋਂ ਨਾਲ ਹੀ ਡਾਂਸਿੰਗ ਐਕਟਿੰਗ ਸਿੰਗਿੰਗ ਕਰਨਾ ਮੇਰਾ ਸ਼ੌਂਕ ਹੈ ਜਿਨ੍ਹਾਂ ਨੂੰ ਪੂਰਾ ਕਰਨ ਲਈ ਅੱਜ ਮੈਂ ਇੱਥੇ ਹਾਂ ਥੈਂਕ ਯੂ ਸੋ ਮਚ ਕਿਆ ਬਾਤ ਹੈ ਜੀ ਨਾਭੇ ਸ਼ਹਿਰ ਦੀ ਮੁਟਿਆਰ ਦੇ ਲਈ ਤਾੜੀਆਂ ਨੈਕਸਟ ਕੰਟੈਸਟੈਂਟ ਪਲੀਜ਼ ਰਾਉਂਡ ਚੱਲ ਰਿਹਾ ਜੀ ਆਪਣਾ ਮੇਰੀ ਆਪਣੀ ਜਾਨ ਪਹਿਚਾਣ ਸ਼ਹਿਰ ਵਿੱਚ ਲੱਗੀਆਂ ਰੌਣਕਾਂ ਸੰਧੂ ਫਿਲਮ ਲਗਾਈਆਂ ਮਿਸ ਐਂਡ
ਆਪਣ ਕਰਤਣ ਦਾ ਤਬ ਸੰਧੂਰ ਜੀ ਨੇ ਪੀੜਾ ਉਠਾਇਆ। ਕੋਈ ਨਾਭਾ ਸੰਧੂਰ ਸੁਨਾਮ ਪਾਤੜਾ, ਨਾਭਾ ਸੰਧੂਰ ਸੁਨਾਮ ਪਾਤੜਾ, ਸਾਰੇ ਹੋਕਾ ਲਾਇਆ, ਨੱਚ ਟੱਪ ਕੇ ਲਾਈਆਂ ਰੌਣਕਾਂ, ਨੱਚ ਟੱਪ ਕੇ ਲਾਈਆਂ ਰੌਣਕਾਂ, ਕਿੱਦਾਂ ਖੂਬ ਰਚਾਇਆ। ਰਾਜ ਧਾਲੀਵਾਲ ਜੀ ਕਰਨ ਫੈਸਲਾ, ਅੱਜ ਤਾਜ ਕਿਹਦੇ ਹਿੱਸੇ ਆਇਆ। ਅਸੀਂ ਧੰਨਵਾਦੀ ਹਾਂ ਉਹਨਾਂ ਦੇ ਜਿਹਨਾਂ ਸਾਨੂੰ ਇਹ ਮੌਕਾ ਦਵਾਇਆ। ਪਰ ਇੱਕ ਗੱਲ ਕਹਿ ਦਿਆਂ ਸੱਚ ਸਿਆਣੀ, ਪਰ ਇੱਕ ਗੱਲ ਕਹਿ ਦਿਆਂ ਸੱਚ ਸਿਆਣੀ, ਧੂਰੀ ਦੀ ਨਾਰਾ ਵਰਗਾ ਰੂਪ ਕਿਤੇ ਨਾ ਪਾਇਆ, ਧੂਰੀ ਦੀ ਨਾਰਾ ਵਰਗਾ ਰੂਪ ਕਿਤੇ ਨਾ ਪਾਇਆ। ਸੋ ਜੀ, ਸਾਡਾ ਪਹਿਲਾ ਰਾਊਂਡ ਕੰਪਲੀਟ ਹੋ ਚੁੱਕਿਆ ਅਤੇ ਪਹਿਲੇ ਰਾਊਂਡ ਲਈ ਪੰਜਾਬਣ ਮੁੰਡਿਆਂ ਦੇ ਲਈ ਤਾੜੀਆਂ। ਮੇਰੀ ਆਪਣੀ ਜਾਣ ਪਹਿਚਾਣ ਜਿੰਨੀਆਂ ਵੀ ਸਾਡੀਆਂ ਅਤੇ ਮਿਸ ਆਈਆਂ ਨੇ, ਮਿਸ ਪੰਜਾਬਣ ਮੁੰਡਿਆਰਾਂ, ਮਿਸ 2019 ਬਣਨ ਦੇ ਲਈ, ਸੋ ਉਹਨਾਂ ਦਾ ਫਸਟ ਰਾਊਂਡ ਕੰਪਲੀਟ ਹੋ ਚੁੱਕਿਆ ਅਤੇ ਹੁਣ ਮਿਸਿਸ ਉਹਨਾਂ ਨੂੰ ਮੈਂ ਕਹੂੰਗਾ ਕਿ ਤੁਹਾਡੀ ਵਾਰੀ ਆ ਗਈ ਹੈ, ਤੁਸੀਂ ਤਿਆਰ ਹੋ ਜਾਓ। ਸੋ ਤੁਹਾਨੂੰ ਸਾਰਿਆਂ ਨੂੰ ਆਲ ਦਾ ਬੈਸਟ। ਅਤੇ ਅੱਜ ਦੇ ਸਾਡੇ ਜਿਹੜੇ ਚੀਫ ਗੈਸਟ ਨੇ ਰਾਜ ਧਾਲੀਵਾਲ ਮੈਮ, ਉਹ ਵੀ ਸਾਡੇ ਵਿੱਚ ਪਹੁੰਚਣ ਵਾਲੇ ਨੇ। ਅਤੇ ਕੱਲ੍ਹ ਹੀ ਉਹਨਾਂ ਦੀ ਮੈਂ ਫਿਲਮ ਦੇਖ ਕੇ ਆਇਆ, ਨੌਕਰ ਵੋਟੀ ਦਾ, ਬੜੀ ਸ਼ਾਨਦਾਰ ਅਤੇ ਬਾਕਮਾਲ ਐਕਟਰ ਨੇ ਜਿਨ੍ਹਾਂ ਨੇ ਜੱਜ ਕਰਨਾ। ਅਤੇ ਰਾਜ ਧਾਲੀਵਾਲ ਮੈਮ ਸਾਡੇ 'ਚ ਪਹੁੰਚ ਚੁੱਕੇ ਨੇ ਅਤੇ ਮੈਮ ਨੂੰ ਵੈਲਕਮ ਕਰਾਂਗਾ ਸਟੇਜ 'ਤੇ। ਪਲੀਜ਼ ਮੈਮ ਦੇ ਲਈ ਤਾੜੀਆਂ ਰਾਜ ਧਾਲੀਵਾਲ ਮੈਮ ਦੇ ਲਈ। ਪਲੀਜ਼ ਵੈਲਕਮ ਔਨ ਸਟੇਜ ਸਾਡੇ ਅੱਜ ਦੇ ਚੀਫ ਗੈਸਟ। ਰਾਜ ਧਾਲੀਵਾਲ ਮੈਮ, ਤਾੜੀਆਂ ਪਲੀਜ਼, ਤਾੜੀਆਂ ਵੱਜਦੀਆਂ ਰਹਿਣ ਸਾਡੇ ਅੱਜ ਦੇ ਚੀਫ ਜੱਜ, ਬਹੁਤ ਹੀ ਸ਼ਾਨਦਾਰ ਬਾਕਮਾਲ ਪੰਜਾਬੀ ਫਿਲਮਾਂ ਦੇ ਐਕਟਰ ਕਲਾਕਾਰ ਰਾਜ ਧਾਲੀਵਾਲ ਮੈਮ। ਸੋ ਹੁਣ ਆਪਾਂ ਆਪਣਾ ਨੈਕਸਟ ਰਾਊਂਡ ਸ਼ੁਰੂ ਕਰਾਂਗੇ ਅਤੇ ਰਾਜ ਧਾਲੀਵਾਲ ਮੈਮ ਸਾਡੇ ਲਈ ਇੱਕ ਐਗਜ਼ਾਮਪਲ ਨੇ ਜਿਨ੍ਹਾਂ ਨੇ ਆਪਣੇ ਦਮ 'ਤੇ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਮ ਹਾਸਲ ਕੀਤਾ। ਅਤੇ ਤੁਹਾਨੂੰ ਵੀ ਜਿੰਨੀਆਂ ਵੀ ਪੰਜਾਬਣ ਮੁੰਡਿਆਰਾਂ ਮਿਸ ਜਾਂ ਮਿਸਿਜ਼ ਆਈਆਂ ਨੇ, ਸਾਰਿਆਂ ਨੂੰ ਆਲ ਦਾ ਬੈਸਟ ਕਿ ਤੁਸੀਂ ਜ਼ਰੂਰ ਜ਼ਿੰਦਗੀ 'ਚ ਕੁਛ ਵੱਡਾ ਕਰੋ ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ, ਕਿਉਂਕਿ ਤੁਹਾਡੀ ਬਦੌਲਤ ਹੋਰ ਮੁੰਡਿਆਰਾਂ ਦੇ ਵੀ ਰਾਹ ਖੁੱਲ੍ਹਦੇ ਆ। ਸੋ ਨੈਕਸਟ ਜਿਹੜਾ ਆਪਣਾ ਰਾਊਂਡ ਹੈ ਜੀ, ਸੋ ਰਾਊਂਡ ਪਹਿਲਾਂ ਹੀ ਆਪਾਂ ਮਿਸਿਜ਼ ਦਾ ਰਾਊਂਡ ਹੈ, ਮੇਰੀ ਆਪਣੀ ਜਾਣ ਪਹਿਚਾਣ, ਸੋ ਕੰਟੈਸਟੈਂਟ ਨੰਬਰ 1 ਨੂੰ ਬੁਲਾਉਣਾ ਚਾਹੁੰਦਾ, ਤਾੜੀਆਂ ਪਲੀਜ਼।
ਤਾੜੀਆਂ ਜੀ। ਥੈਂਕ ਯੂ ਮੈਮ, ਥੈਂਕ ਯੂ। ਨੈਕਸਟ ਕੰਟੈਸਟੈਂਟ ਪਲੀਜ਼। ਰਾਮਚਾਰੀਆ ਦੀ ਮੇਰੀ ਆਪਣੀ ਜਾਣ ਪਹਿਚਾਣ ਰਾਮਚਾਰੀਆ
ਕਹਿੰਦੀ ਮੈਂ ਮਿਸਿਸ ਸੁਖਜਿੰਦਰ ਕੌਰ ਇੱਕ ਅਧਿਆਪਕ ਹਾਂ ਅਤੇ ਸੰਗਰੂਰ ਸ਼ਹਿਰ ਦੀ ਰਹਿਣ ਵਾਲੀ ਹਾਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮਿਸ ਪੰਜਾਬਗੜ੍ਹ ਸਾਡੇ ਛੋਟੇ ਕਿੱਸਾ ਸੰਗਰੂਰ ਵਿੱਚ ਆਰਗਨਾਈਜ਼ ਕੀਤਾ ਅਤੇ ਸਾਡੇ ਵਰਗੀਆਂ ਜਿਹੜੀਆਂ ਪੰਜਾਬਣਾਂ ਆ ਉਹ ਘਰਾਂ ਵਿੱਚ ਰਹੀਆਂ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੇਰੇ ਪੇਰੈਂਟਸ ਦਾ ਮੇਰੇ ਇਨ-ਲਾਜ਼ ਦਾ ਮੇਰੇ ਫਰੈਂਡਸ ਦਾ ਜਿਨ੍ਹਾਂ ਨੇ ਮੈਨੂੰ ਇਸ ਅਭਿਆਨ ਲਈ ਬਹੁਤ ਜ਼ਿਆਦਾ ਮਦਦ ਕੀਤੀ ਅਤੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਥੈਂਕ ਯੂ ਮੈਮ ਥੈਂਕ ਯੂ ਵੈਰੀ ਮੱਚ ਮੈਂ ਪੰਜਾਬਣ ਤੇ ਮੈਨੂੰ ਮਾਣ ਹੈ ਕਿ ਮੈਂ ਇੱਕ ਪੰਜਾਬਣ ਦੀ ਧੀ ਤੇ ਪੰਜਾਬਣ ਦੀ ਮਾਂ ਹਾਂ ਮੇਰੇ ਮਾਣ ਪੰਜਾਬੀਆਂ ਨੂੰ ਇਸ ਦੇਸ਼ ਅੰਦਰ ਮੈਂ ਮੁੱਢ ਤੋਂ ਹੀ ਆਸ ਇਸ ਉਮੰਗਦੀ ਹਾਂ ਭਾਵੇਂ ਭੂਮੀ ਮੈਂ ਕੈਨੇਡਾ ਅਮਰੀਕਾ ਹੋਈ ਬੋਲੀ ਹਿੰਦੀ ਅੰਗਰੇਜ਼ੀ ਜਾਣਦੀ ਹਾਂ ਪਰ ਮੈਂ ਐਸੀ ਅਕਲ ਨੂੰ ਛਿੱਕੇ ਟੰਗਦੀ ਹਾਂ ਮੈਂ ਮਿਸਿਸ ਅਮਰਿੰਦਰ ਕੌਰ ਸਿੱਧੂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਪ੍ਰਭ ਸੰਧੂ ਫਿਲਮ ਪ੍ਰੋਡਕਸ਼ਨ ਦਾ ਜਿਨ੍ਹਾਂ ਨੇ ਮੈਨੂੰ ਇਸ ਮੰਚ 'ਤੇ ਆਉਣ ਦਾ ਮੌਕਾ ਦਿੱਤਾ ਅਤੇ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਅੱਜ ਮੈਂ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਵਿੱਚ ਹਾਂ ਅਤੇ ਮੈਂ ਇਹ ਚਾਹੁੰਦੀ ਹਾਂ ਕਿ ਇਸ ਮੰਚ ਤੋਂ ਬਾਅਦ ਮੈਂ ਆਪਣੀ ਬੇਟੀ ਦੇ ਲਈ ਇੱਕ ਰੋਲ ਮਾਡਲ ਬਣ ਕੇ ਜਾਵਾਂ ਧੰਨਵਾਦ ਕੀ ਬਾਤ ਹੈ ਤਾੜੀਆਂ ਜੋਰ ਦਾ ਕੰਟੈਸਟੈਂਟ ਨੰਬਰ 18 ਤੋੜ ਕੇ
ਫਰੋਕ ਸਟਿਚਿੰਗ ਦਾ ਬਹੁਤ ਸ਼ੌਕ ਹੈ। ਮੇਰੀ ਬੇਟੀ ਕਲਾਸ 1 ਵਿੱਚ ਪਹਿਲਾ ਛੋਟਾ ਹੈ। ਮੈਮ ਦੇ ਹੌਸਲੇ ਤੇ ਕੌਨਫੀਡੈਂਸ ਦੇ ਲਈ ਤਾੜੀਆਂ ਹੋਣ। ਥੈਂਕ ਯੂ ਵੈਰੀ ਮੱਚ ਮੈਮ। ਥੈਂਕ ਯੂ ਵੈਰੀ ਮੱਚ। ਕੰਟੈਸਟ ਨੰਬਰ 21 ਵੱਡੀ ਗੱਲ ਹੁੰਦੀ ਆ ਸਟੇਜ 'ਤੇ ਆਉਣਾ। ਅਤੇ ਮੈਮ ਸਲਿਊਟ ਹੈ ਜੀ ਤੁਹਾਡੇ ਹੌਸਲੇ ਨੂੰ, ਤੁਸੀਂ ਕੋਸ਼ਿਸ਼ ਕੀਤੀ, ਬਹੁਤ ਵਧੀਆ ਕੋਸ਼ਿਸ਼ ਕੀਤੀ ਅਤੇ ਇਹ ਹੌਸਲਾ ਬਣਿਆ ਰਹਿਣਾ ਚਾਹੀਦਾ, ਇਹਨਾਂ ਲਈ ਤਾੜੀਆਂ। ਕੰਟੈਸਟ ਨੰਬਰ 21 ਪਲੀਜ਼। ਜ਼ਿੰਦਗੀ ਤੋਂ ਬਾਅਦ ਬੱਚੇ ਘਰ ਅਤੇ ਪਰਿਵਾਰ 'ਚ ਇੰਨਾ ਕੁ ਚਾਹੁੰਦੇ ਹਾਂ ਕਿ
ਮਿਲਿਆ ਜਿਸ ਲਈ ਮੈਂ ਸਾਰੇ ਪ੍ਰਬੰਧਕਾਂ ਦਾ ਇੱਕ ਵਾਰ ਫਿਰ ਤਹਿ ਦਿਲ ਤੋਂ ਧੰਨਵਾਦ ਕਰਨੀ ਹਾਂ। ਥੈਂਕ ਯੂ ਵੈਰੀ ਮਚ। ਹਾਂਜੀ ਨੈਕਸਟ ਕੰਟੈਸਟੈਂਟ ਪਲੀਜ਼। ਕੰਟੈਸਟੈਂਟ ਨੰਬਰ 25 ਜਿਨ੍ਹਾਂ ਨੇ ਮੇਰੇ ਇੱਕ ਬਹੁਤ ਹੀ ਨਿਮਾਣੀ ਜਿਹੀ
ਫੋਨ ਤੇ ਆਖਰੀ ਦਿਨ ਸੀ ਉਸ ਦਿਨ ਪਰਫਾਰਮੈਂਸ ਦੀਆਂ ਐਂਟਰੀਜ ਕਰਵਾਉਣ ਦਾ ਮੈਡਮ 10 ਵਜੇ ਮੇਰੇ ਘਰ ਆਏ ਤੇ ਮੇਰਾ ਐਂਟਰੀ ਫਾਰਮ ਫਿਲ ਕੀਤਾ ਮੈਂ ਬਹੁਤ ਧੰਨਵਾਦੀ ਹਾਂ ਮੈਡਮ ਜੀ ਦੀ ਬਦੌਲਤ ਅੱਜ ਮੈਂ ਇੱਥੇ ਖੜੀ ਹਾਂ ਅੱਜ ਮੈਂ ਇੰਨੇ ਸਾਲਾਂ ਬਾਅਦ ਇਸ ਸਟੇਜ 'ਤੇ ਆਈ ਹਾਂ ਬਸ ਆਪਣੀ ਮੈਂ ਜਿਹੜੀ ਖੁਸ਼ੀ ਦੀ ਬਿਆਨ ਨਹੀਂ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਜਾਂਦੀ ਹੋਈ ਇੱਕ ਸੰਦੇਸ਼ ਮੈਂ ਕਹਿਣਾ ਚਾਹੁੰਦੀ ਹਾਂ ਆਪਣੀ ਸਾਰੀਆਂ ਫਰੈਂਡਸ ਅਤੇ ਸਾਰੀਆਂ ਦੋਸਤਾਂ ਅਤੇ ਮਿੱਤਰਾਂ ਸਹੇਲੀਆਂ ਦਾ ਸਭ ਦਾ ਜੰਮਣ ਤੋਂ ਪਹਿਲਾਂ ਧੀਆਂ ਮਾਰਦੇ ਹੋ ਜੰਮਣ ਤੋਂ ਪਹਿਲਾਂ ਧੀਆਂ ਮਾਰਦੇ ਹੋ ਜਿਹੜੀ ਕੌਣ ਵਧਾਊ ਸੁਨੇ ਇਹ ਤਰਿੰਦਣ ਰਹਿਣੇ ਸੁਨੇ ਇਹ ਤਰਿੰਦਣ ਰਹਿਣੇ ਕਾਂਜ ਬੋਲੀਆਂ ਪਾਊ ਕਿੱਦਿਆਂ ਨੂੰ ਦੱਸੋਗੇ ਇੱਥੇ ਕੌਣ ਬੋਲੀਆਂ ਪਾਊ ਕਿੱਦਿਆਂ ਨੂੰ ਦੱਸੋਗੇ ਇੱਥੇ ਕੌਣ ਬੋਲੀਆਂ ਪਾਊ ਧੰਨਵਾਦ ਥੈਂਕ ਯੂ ਵੈਰੀ ਮਚ ਮੈਮ So, for the last contestant, next contestant please.
क्या बात है जी, इदा लगता जिम्मे पूरी कुदरत की खूबसूरती है धूरी शहर के उतर आई होना पंजाबन मुटियारा की टोर देख के। सो इसे राउंड का अगला हिस्सा हम साड़िया मिसेज आ रही ने टोर पंजाबन की लैके। सो कंटेस्टेंट नंबर वन उन्होंने मैं बुला चाहूँगा हाँ जी। एक रिक्वेस्ट है जी मैनेजमेंट के वालों कि जिन्हें जिन्होंने पार्टीसपेट किया है वो प्लीज़ जान ना इत ही रुकन, नहीं तो वो डिस्कुआलीफाई हो सकते हैं बिकॉज अजय राउंड और बहुत बाकी ने। सो आप अजय काफ़ी लंबा चलना। सो मिसिज का हम आप जो राउंड शुरू कर लगे हैं टोर पंजाबन की। हाँ जी प्लीज़ मिसिज आने हम साड़ी स्टेज में अग लाने के लिए अपनी टोर दिखाने के लिए टोर पंजाबन की राउंड। सो स्वागत है जी सारे का साड़ी स्टेज के उपर। हाँ जी प्लीज़
क्या बात है जी, ताड़ियां जोरदार। इन्नी शानदार टोन पंजाबणा दी कदे कदे सानू देखण नू मिलदी है जी। सो अपना अगला रंग है जी हुण नच नच दी पंजाबणे। सो हुण सानू पंजाबणा नचदियां होईयां दिखाई देणगियां। हमेशा की तरह पहला राउंड होना मिस का होना है, उस तो बाद मिसिज का राउंड होना। सो नच नच के स्टेज के उपर हम धमाला पैनिया ने। सो मेरे पिछले सारे रिक्वेस्ट है कि अपन कुर्सियों के हम जाग के बह जाओ।